ਆਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਬ੍ਰਹਮਪੁੱਤਰ ਨਦੀ ਤੇ ਬਣੇ ਬੋਗੀ ਬਿੱਲ ਪੁਲ ਦਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਦਘਾਟਨ ਕਰਨਗੇ। 16 ਸਾਲਾਂ ਬਾਅਦ ਤਿਆਰ ਹੋਇਆ ਇਹ ਰੇਲ ਅਤੇ ਸੜਕੀ ਪੁਲ ਭਾਰਤ ਦਾ ਸਭ ਤੋਂ ਲੰਬਾ ਅਤੇ ਏਸ਼ੀਆ ਦਾ ਦੂਜਾ ਸਭ ਤੋਂ ਲੰਬਾ ਪੁਲ ਹੈ। ਇਹ ਪੁਲ ਅਰੁਣਾਚਲ ਪ੍ਰਦੇਸ਼ ਚੀਨ ਸਰਹੱਦ ਦੇ ਨੇੜੇ ਹੈ ਅਤੇ ਇਹ ਭਾਰਤ ਨੂੰ ਨਵੀਂ ਤਾਕਤ ਦੇਵੇਗਾ।